हर युग देच एक औगुण प्रधान आउंदा है, ये मैं अर्ज कर दें। बाकी औगुण भी होंदे न, वो जेर साया आउंदे ने, एक औगुण प्रधान आउंदा हर व्यक्ति देच, बहु गिनती देच इक्को ही तरह का औगुण मनुखता दे अंदर प्रधान होवे, 60-70% दे अंदर, उस नाल फिर तुलना कीती जांदी है इस युग का औगुण केड़ा है। हर युग का अपना गुण होंदा है, हर युग का अपना औगुण होंदा है, हर व्यक्ति का भी बुनियादी गुण कोई एक अद आउंदा है, बाकी गुण उहदे जेर साया आउंदे। हर व्यक्ति का बुनियादी औगुण एक होंदा है, बाकी सारे औगुण उस एक औगुण के पिछे चलते हैं। श्री रविदास ने जो इशारतन गल की थी है, इन्हों जगत गुरु बाबा वकत दे अवतारी पुरश, इस युग दे अवतारी पुरश, धन गुरु नानक देव जी महाराज जिस तरह खोलते ने, ये मैं थोड़े सामने रखा। पूर्ण तौर पर उन्होंने बोलों मैं खोल सकांगा, ये तो समर्था नहीं, पर कुछ जो सतगुर ने शक्ति ते प्रेरणा जिस तरह की प्रदान की थी, मैं थोड़े सामने रखण की निमाणी कोशिश कर रहा। कल कल वाली काम मद, जिन्होंने कभी सिलसिलावार धन गुरु ग्रंथ साहब जी महाराज की बाणी का पाठ किया, ये आया होगा वाक श्लोक मरदाना पहला। बहुत सारे ऐसा कहते ने वाक मरदाने का, और जो पहला जो लिखे है फिर उस तो की लोगे। बोल गुरु नानक देव जी का है, मरदाने दे प्रति उच्चारण किया। जैसे सारंग राग दे शब्द गुरु अर्जन देव जी का है, सूरदास दे प्रति उच्चारण किया। कुछ गिला मरदाने ने मनुखता बारे किया, शहर के बंदियां बारे। साहब जिस ढंग नाल युग की तस्वीर खिंचते पे ने, वो ध्यान नाल सुनना। कल कल वाली, ए युग कलाली है। कलाल उसनों कहने जो शराब बनांदा है ते शराब बेचदा है। अज ते बनदी कारखानिया दे चे बेकदे दुकानदार ने, पर प्राचीन काल दे च बनाना ते बेचना एको ही मनुख का काम आता, उन्हों कलाल कहते। कलाल महाराज कहते ने, यह जड़ा युग है ना, कलाल है। शराब बनांदा है, शराब पिलांदा है, बेचदा है। केड़ी शराब किस तो बनांदा है? शराब कई प्रकार की, गुड़ तो बनती है, गुरां तो बनती है, संतरियां तो बनती है, वक् वक् शराब। ये युग जिहड़ी शराब पिलांदा है किस तो बनांदा है? वो शराब की है? एक शराब जो तन पींदा है, तन सुन हो जाता है, दिमाग सुन हो जाता है, समस्यावां नाल संबंध टुट जांदा, टुट जांदा। शायद आपनों पता होवे, धन गुरु ग्रंथ साहब जी महाराज की बाणी और भाई साहब भाई नंद लाल धन गुरु गोबिंद सिंह जी महाराज जफरनामे विच
ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦੇ ਨੇ। ਨਸ਼ਾ, ਇੱਕ ਨਸ਼ਾ। ਜਨਮ ਸਾਖੀ ਦੀਆਂ ਇਹ ਪੰਕਤੀਆਂ ਤੇ ਜਗਤ ਪ੍ਰਸਿੱਧ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸ਼ਰਾਬ ਬਣਦੀ ਕਿਵੇਂ ਹੈ? ਭਗਤ ਕਬੀਰ ਜੀ ਨੇ ਤੇ ਢੰਗ ਵੀ ਦੱਸ ਦਿੱਤਾ ਹੈ। ਗੁੜ ਕਰ ਗਿਆਨ, ਧਿਆਨ ਕਰ ਮਊਆ, ਪਾਉ ਪਾਠੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਪਾਉ ਧੋ ਮੇਰਾ ਮਨ ਮਤਵਾਰਾ, ਉਨ ਮਨ ਚੜਾ ਮਦਨ ਰਸ ਚਾਖਿਆ, ਤ੍ਰਿਭਵਨ ਭਇਆ ਉਜਾਰਾ। ਪਰ ਮੈਂ ਜੋ ਕੁਛ ਆਪਦੇ ਸਾਹਮਣੇ ਇਸ ਵਕਤ ਵਿਚਾਰ ਰੱਖਣੀ ਹੈ, ਉਸ ਤੋਂ ਕਿਧਰੇ ਓਹਲੇ ਨਾ ਹੋ ਜਾਵਾਂ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਮਨੁੱਖ ਨੂੰ ਨਸ਼ਾ ਚਾਹੀਦਾ ਚਾਹੀਦਾ। ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ ਹੈ, ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ, ਮਨ ਥੱਲੇ ਲੈ ਜਾਂਦਾ। ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਅਤੇ ਦੁੱਖਾਂ ਨੂੰ ਭੁਲਾ ਦਿੰਦਾ ਹੈ, ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਅਤੇ ਦੁੱਖਾਂ ਨੂੰ ਮਿਟਾ ਦਿੰਦਾ ਹੈ, ਖਤਮ ਕਰ ਦਿੰਦਾ। ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ ਹੈ, ਇਹ ਸ਼ਰਾਬ ਬਾਜ਼ਾਰ ਵਿੱਚ ਵਿਕਦੀ ਹੈ, ਪੈਸਿਆਂ ਨਾਲ ਮਿਲਦੀ ਹੈ। ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਾਰ ਬਹੁਤ ਉੱਪਰ ਲੈ ਜਾਂਦਾ, ਇਹ ਵਿਕਦੀ ਨਹੀਂ, ਸਵੈਮ ਬਣਾਉਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ, ਆਪ ਬਣਾਉਣੀ ਪੈਂਦੀ, ਆਪ ਪੀਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ ਹੈ। ਇਸ ਵਾਸਤੇ ਕਰੀਬਨ ਕਰੀਬਨ ਵਿਦਵਾਨਾਂ ਨੇ ਪ੍ਰਭੂ ਦੇ ਨਾਮ ਨੂੰ ਵੀ ਇੱਕ ਨਸ਼ਾ ਆਖਿਆ ਹੈ, ਪਰ ਬੇਹੋਸ਼ੀ ਦਾ ਨਹੀਂ, ਹੋਸ਼ ਦਾ ਨਸ਼ਾ। ਇੱਕ ਨਸ਼ਾ ਮਨੁੱਖ ਦੇ ਸਾਰੇ ਹੋਸ਼ੋ ਹਵਾਸ ਨੂੰ ਭੁਲਾ ਦਿੰਦਾ ਹੈ, ਸੁਲਾ ਦਿੰਦਾ ਹੈ। ਇੱਕ ਨਸ਼ਾ ਮਨੁੱਖ ਨੂੰ ਪੂਰਨ ਹੋਸ਼ ਵਿੱਚ ਲਿਆਉਂਦਾ ਹੈ, ਸਾਰੇ ਹੋਸ਼ ਜਗਾ ਦਿੰਦਾ ਹੈ। ਜਾਂ ਤਾਂ ਮਨੁੱਖ ਨੂੰ ਪੂਰਨ ਹੋਸ਼ ਚਾਹੀਦਾ ਹੈ, ਜਾਂ ਬੇਹੋਸ਼ੀ, ਵਿਚਕਾਰ ਦੀ ਅਵਸਥਾ ਦੁਖਦਾਈ ਹੈ। ਵਿਚਕਾਰ ਜੀਵਣਾ ਕਠਿਨ ਹੈ। ਇਕਬਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਹੱਕ ਆਪਸ ਵਿੱਚ ਬੈਠ ਕੇ ਕਿਧਰੇ ਸੱਚ ਦੀ ਗੱਲ ਕਰੀਏ, ਹੱਕ ਦੀ ਗੱਲ ਕਰੀਏ, ਅਤੇ ਉਹਦੇ ਬਾਰੇ ਕੋਈ ਤਸ਼ਬੀਹ ਦੇਣੀ ਪੈ ਜਾਏ, ਹੱਕ ਕੈਸਾ ਹੁੰਦਾ, ਸੱਚ ਕੈਸਾ ਹੁੰਦਾ, ਸੱਚ ਕੀ ਹੈ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਤੁਲਨਾਤਮਕ ਗੱਲ ਕਰਨੀ ਹੋਵੇ, ਖੁਦਾ ਦੀ ਤੁਲਨਾ ਦੇਣੀ ਹੋਵੇ, ਸੱਚ ਦੀ ਤੁਲਨਾ ਦੇਣੀ ਹੋਵੇ, ਹੱਕ ਦੀ ਤੁਲਨਾ ਦੇਣੀ ਹੋਵੇ, ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਹੱਕ ਕੈਸਾ ਹੁੰਦਾ ਹੈ, ਖੁਦਾ ਕੈਸਾ ਹੁੰਦਾ ਹੈ, ਸੱਚ ਕੈਸਾ ਹੁੰਦਾ ਹੈ। ਇਕਬਾਲ ਵੀ ਕਹਿੰਦਾ, ਇੱਕ ਨਸ਼ਾ, ਇੱਕ ਨਸ਼ਾ, ਇੱਕ ਸਰੂਰ, ਇੱਕ ਮਸਤੀ, ਇੱਕ ਨਸ਼ਾ। ਪਰ ਪੂਰਨ ਹੋਸ਼ ਦਾ ਨਸ਼ਾ ਜੋ ਚਿੰਤਾਵਾਂ ਅਤੇ ਦੁੱਖਾਂ ਅਤੇ ਪਾਪਾਂ ਨੂੰ ਮਿਟਾ ਦਿੰਦਾ ਹੈ। ਇੱਕ ਨਸ਼ਾ ਬੇਹੋਸ਼ੀ ਦਾ ਨਸ਼ਾ ਜੋ ਦੁੱਖ ਸੰਤਾਪ ਭੁਲਾ ਦਿੰਦਾ ਹੈ, ਚਿੰਤਾਵਾਂ ਭੁਲਾ ਦਿੰਦਾ ਹੈ, ਔਰ ਵਕਤੀ ਤੌਰ 'ਤੇ ਭੁਲਾਉਂਦਾ ਹੈ, ਵਾਰ ਵਾਰ ਪੀਣੀ ਪੈਂਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਛ ਇੱਥੇ ਕਹਿ ਰਹੇ ਨੇ, ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ, ਕਲਾਲ ਹੈ। ਇਹਦੇ ਕੋਲ ਕਿਹੜੀ ਸ਼ਰਾਬ ਹੈ? ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ, ਪੀਂਦਾ ਮਨ ਹੈ, ਸ਼ਰਾਬ ਹੈ ਕਾਮਨਾ ਦੀ, ਕਾਮ ਦੀ। ਤੁਮ ਕਹੀਏ ਤੋ ਜਗਤ ਗੁਰੂ ਸਵਾਮੀ,
ਅਮ ਕਈ ਯਤ ਕਲ ਜੁਗ ਕਹਿ ਕਾਮੇ ਇਸ਼ਾਰਨ ਇਸ਼ਾਰਾ ਰਵਿਦਾਸ ਵੀ ਕਰਦੇ ਪਏ ਨੇ ਇਹ ਯੁੱਗ ਕਾਮੇ ਯੁੱਗ ਹੈ ਪ੍ਰਧਾਨ ਹੈ ਕਾਮਨਾਵਾਂ ਪ੍ਰਧਾਨ ਗਿਆਨ ਦਾ ਸਾਗਰ ਗਿਆਨ